ਆ ਦੇਖੋ ਜੀ ਤੇਲ ਨਿਕਲਦਾ ਤੁਹਾਨੂੰ ਦਿਖਾਉਣੇ ਆ ਆ ਟਰੱਕ ਖੜਾ ਹੈ ਕਿਵੇਂ ਤੇਲ ਚੋਰੀ ਹੁੰਦਾ ਉਹ ਪਾਈਪ ਲੱਗੀ ਦੇਖੋ ਤੁਸੀਂ ਅਸੀਂ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਆ ਉੱਤੇ ਚੜੇ ਖੜੇ ਐ ਤੋ ਜਾਣੇ ਤੇ ਆਹ ਦੇਖੋ ਵਿੱਚੋਂ ਪਾਈਪ ਕਿਵੇਂ ਪਾਉਂਦੇ ਆ ਇਹ ਆਉ ਕੱਢ ਲਈ ਪਾਈਪ ਇਹ ਹੁਣ ਉਹ ਦੇਖੋ ਉਹ ਪਿਛਲੇ ਪਾਸੇ ਜੰਦਰਾ ਲੱਗਾ ਉਹਦੇ 'ਚ ਦੇਖੋ ਕਿਵੇਂ ਪਾਊਗਾ ਇਹ ਆਉ ਤੱਕ ਦੀ ਹੋਣੇ ਜਿੰਨੇ ਚੈਂਬਰ ਨੇ ਚੈਂਬਰਾਂ ਚੋਂ ਇਹਨਾਂ ਨੇ ਤੇਲ ਕੱਢਣਾ ਇਹ ਦੇਖੋ ਆ ਪਾਈ ਜਾਂਦਾ ਦੇਖੋ ਇਹ ਆ ਦੇਖੋ ਵੀ ਕਿਵੇਂ ਇਹਨੂੰ ਝੱਕਦੇ ਆ ਤੇ ਕਿਵੇਂ ਪੱਤਰੀ ਨਾਲ ਜਾਂ ਸੱਬਲ ਨਾਲ ਉੱਤੇ ਜਿਹੜੇ ਢੱਕਣ ਲੱਗੇ ਉਹਨਾਂ ਨੂੰ ਪਾਸੇ ਕਰਦੇ ਆ ਇਹ ਸਾਰਾ ਤੇਲ ਚੋਰੀ ਦਾ ਇੰਤਜ਼ਾਮ ਤੁਹਾਨੂੰ ਦਿਖਾਉਣਾ ਹੈ ਆ ਦੇਖੋ ਹੁੰਦੀ ਹੈ ਜੀ ਬਠਿੰਡੇ ਚ ਉਹ ਦੇਖੋ ਪਿੱਛੇ ਡੱਬੂ ਆ ਇਹ ਆਹ ਦੇਖੋ ਮਗਰ ਤੇ ਇੱਥੇ ਆ ਨੌਰੇ ਬਣੇ ਜਿਹੜੇ ਆ ਜਿੰਦਰਾ ਇਹਨਾਂ ਨੇ ਲਾ ਲਿਆ ਆ ਟਰੱਕ ਖੜਿਆ ਆ ਟਰੱਕ ਵਿੱਚ ਆ ਗਿਆ ਆ ਦੇਖੋ ਉਹ ਧਿਆਨ ਨਾਲ ਦੇਖੋ ਹੁਣ ਕਿਵੇਂ ਉਹਨੂੰ ਜਿਹੜਾ ਉੱਤੋਂ ਆਪ ਦੇ ਆਹ ਦੇਖੋ ਉਹ ਸਿੱਟਤੀ ਥੱਲੇ ਸੱਬੜ ਤੇ ਆਪ ਦਾ ਆ ਗਿਆ ਥੱਲੇ ਇਹ ਟੱਕ ਹੁਣ ਆਊਗਾ ਬਾਹਰ ਇਹ ਹਿਸਾਬ ਲਾ ਦੋ ਵੀ ਆਈ ਚੋਰੀ ਹੁੰਦੇ ਆ ਤੇਲ ਚੋਰੀ ਇੱਥੇ ਸਾਰੇ ਡਿੱਪੂ ਜਿੰਨੇ ਆ ਗਏ ਆ ਉਹ ਦੇਖੋ ਤੁਹਾਨੂੰ ਹੋਰ ਦਿਖਾਉਣੇ ਆ ਉਹ ਦੇਖੋ ਦੂਰ ਦੂਰ ਤੱਕ ਆ ਨੌਰੇ ਬਣੇ ਆ ਸਾਰੇ ਇਹ ਨੌਰਿਆਂ ਦੇ ਵਿੱਚ ਉਹ ਦੇਖੋ ਟੈਂਕੀਆਂ ਖੜੀਆਂ ਤੇ ਇਹ ਚੋਰੀ ਹੁੰਦੀਆਂ ਨੇ ਇੱਥੇ ਆ ਦੇਖੋ ਤੁਸੀਂ ਹੁਣੇ ਚੋਰੀ ਹੋ ਗਿਆ ਹੁਣ ਟਰੱਕ ਆਊਗਾ ਬਾਹਰ ਇਹ ਇਸ ਤਰ੍ਹਾਂ ਚੋਰੀਆਂ ਹੁੰਦੀਆਂ ਜੀ ਤੇਲ ਦੀਆਂ ਇੱਥੇ ਪੈਟਰੋਲ ਪੰਪ ਵਾਲਿਆਂ ਨੂੰ ਕਿਵੇਂ ਚੂਨਾ ਲੱਗਦਾ ਤੇ ਗਾਹ ਫਿਰ ਤੁਸੀਂ ਜੇ ਪੈਟਰੋਲ ਪੰਪ ਵਾਲੇ ਤੇਲ ਪੂਰਾ ਉਹਨਾਂ ਨੂੰ ਨਹੀਂ ਪੂਰਾ ਮਿਲੂਗਾ ਤੇ ਤੁਹਾਨੂੰ ਕਿਵੇਂ ਪੂਰਾ ਮਿਲੂਗਾ ਇੱਥੋਂ ਦਾ ਚਲਾ ਲਓ ਤੁਸੀਂ ਨੀ ਮਾਣਾ ਇਸ ਕੰਮ ਦੇ ਲਈ ਸਾਨੂੰ ਇੱਥੇ ਆਉਣਾ ਪਿਆ ਤੇ ਇਹ ਚੋਰੀ ਤੁਹਾਨੂੰ ਦਿਖਾਉਣੀ ਹੈ ਆ ਪਿੱਛੇ ਐਚ ਪੀ ਸੀ ਐਲ ਹੈ ਜੀ ਇਹਨਾਂ ਭਾਰਤ ਪੈਟਰੋਲੀਅਮ ਇਹ ਭਾਰਤ ਪੈਟਰੋਲੀਅਮ ਹੈ ਔਰ ਇੰਡੀਅਨ ਆਇਲ ਆ ਇੰਡੀਅਨ ਆਇਲ ਤੋਂ ਪਰਾਂ ਐਚ ਪੀਸੀ ਐਲ ਹੈ ਇੱਕ ਆਹ ਦੇਖੋ ਇੱਕ ਆਹ ਉਲਟ ਸਾਈਡ ਆ ਰਹੀ ਹੈ ਟੈਂਕੀ ਹੁਣ ਦੇਖੋ ਕਿੱਥੇ ਬੜੂਗੀ ਅੰਦਾਜ਼ਾ ਲਾਓ ਇਹ ਰੋਂਗ ਸਾਈਡ ਆ ਰਹੀ ਹੈ ਇਹ ਵੀ ਤੇਲ ਕੱਢ ਨਹੀਂ ਆ ਰਿਹਾ ਤੇਲ ਕੱਢਣਾ ਰਿਹਾ ਜਾਂ ਰੌਂਗ ਸਾਈਡ ਆ ਰਿਹਾ ਮਤਲਬ ਕਿ ਕੁਝ ਨਾ ਕੁਝ ਆ ਦੇਖੋ ਹੁਣ ਉਹ ਗੇਟ ਇਹ ਕੋਲੂਗਾ ਤੇ ਇਹਦੇ ਵਿੱਚੋਂ ਟਰੱਕ ਜਿਹੜਾ ਜੀ ਆਹ ਦੇਖੋ ਕੰਨੀਆਂ ਲੈ ਕੇ ਆਹ ਜਿਹੜਾ ਸ਼ਟਰ ਦੇ ਵਿੱਚ ਜਾ ਰਿਹਾ ਜਿਹੜੀਆਂ ਕੰਨੀਆਂ ਚੋਂ ਤੇਲ ਕੱਢਿਆ ਤੇ ਉਹ ਸ਼ਟਰ ਦੇ ਵਿੱਚ ਜਾ ਰਹੀ ਹੈ ਇਹ ਬਠਿੰਡਾ ਮਾਨਸਾ ਰੋਡ ਦੇ ਉੱਤੇ ਇਹ ਘਟਨਾ ਜਿਹੜੀ ਹੈ ਚੱਲ ਰਹੀ ਹੈ ਆਹ ਦੇਖੋ ਹੁਣ ਗੇਟ ਖੁੱਲ ਗਿਆ ਤੇ ਇਹ ਟਰੱਕ ਆ ਜਾਊਗਾ ਜੀ ਬਾਹਰ ਟੈਂਕੀ ਅੰਦਰ ਰੱਖਦੀਆਂ ਹੁਣ ਇਹਨਾਂ ਪੁੱਛਣ ਵਾਲਾ ਹੋਵੇ ਵੀ ਇਹਨਾਂ ਦੇ ਅੰਦਰ ਇੰਨਾ ਤੇਲ ਪਿਆ ਵੀ ਇਹਨਾਂ ਦੇ ਖੂ ਲੱਗੇ ਤੇਲ ਦੇ ਆ ਦੇਖ ਉਹ ਤਾਂ ਤੁਰਿਆ ਨਹੀਂ ਜਾਂਦਾ ਬੁੜੇ ਤੋਂ ਤੇ ਇਹ ਤੁਹਾਨੂੰ ਚੋਰੀ ਦੀ ਵਾਰਤਾ ਤਾਂ ਜਿਹੜੀ ਰਿਕਾਰਡ ਕਰਕੇ ਨਿਕਾਂਤੀ ਹੁਣੇ ਨਿਕਲੂਗਾ ਜੀ ਇੰਨੇ ਕੋ ਹੋਟ ਰੱਕ ਆ ਜਾਊਗਾ ਆ ਨਿਕਲ ਗਿਆ ਜੀ ਨਾ ਐਸੀ ਘਨੇ ਦੂਰ